ਹਾਂਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਯੂਟਿਊਬ ਚੈਨਲ 'ਤੇ। ਅੱਜ ਆਪਾਂ ਈਟੀਟੀ 2024 ਦਾ ਜਿਹੜਾ ਨਵਾਂ ਨਵਾਂ ਨੋਟੀਫਿਕੇਸ਼ਨ ਅੱਜ ਅਪਲੋਡ ਹੋਇਆ ਉਹਦੇ ਰਿਗਾਰਡਿੰਗ ਗੱਲ ਕਰਾਂਗੇ, ਪੂਰਾ ਰੀਡ ਕਰਾਂਗੇ ਆਪਾਂ ਕਿ ਕਿਸ ਦੇ ਰਿਗਾਰਡਿੰਗ ਹੈ ਜਿਹੜਾ ਨੋਟਿਸ ਆ ਉਹ ਅੱਜ ਪਬਲਿਸ਼ ਹੋਇਆਗਾ। ਉਸ ਤੋਂ ਪਹਿਲਾਂ ਮੈਂ ਗੁਜ਼ਾਰਿਸ਼ ਕਰਦੀ ਹਾਂ, ਜੇਕਰ ਤੁਸੀਂ ਚੈਨਲ 'ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਹਰ ਇਸੇ ਤਰ੍ਹਾਂ ਦੀ ਆਉਣ ਵਾਲੀ ਕੋਈ ਵੀ ਇੰਪੋਰਟੈਂਟ ਅਪਡੇਟ ਤੁਹਾਡੇ ਤੋਂ ਮਿਸ ਨਾ ਹੋਵੇ। ਹਾਂਜੀ, ਆਪਾਂ ਗੱਲ ਕਰਦੇ ਹਾਂ ਅੱਜ ਦੇ ਨੋਟੀਫਿਕੇਸ਼ਨ ਦੀ। ਜਿਵੇਂ ਕਿ ਤੁਸੀਂ ਦੇਖ ਰਹੇ ਹੋ 25-1-2024 ਦਾ ਹੀ ਇਹ ਨੋਟੀਫਿਕੇਸ਼ਨ ਹੈਗਾ, ਦਫ਼ਤਰ ਡਾਇਰੈਕਟੋਰੇਟ ਸਿੱਖਿਆ ਭਰਤੀ ਡਾਇਰੈਕਟੋਰੇਟ ਵੱਲੋਂ ਆਇਆਗਾ ਪੰਜਾਬ। ਆਪਾਂ ਪੂਰਾ ਜਿਹੜਾ ਨੋਟਿਸ ਹੈ ਧਿਆਨ ਨਾਲ ਪੜ੍ਹਦੇ ਹਾਂ। ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ 6 ਤਰੀਕ ਨੂੰ ਜਿਹੜੇ 364 ETT ਦੀ ਅਧਿਆਪਕਾਂ ਦੀ ਭਰਤੀ ਸੀ 2020 ਦੇ ਵਿੱਚ, ਉਹਨਾਂ ਦੀ ਮਤਲਬ ਭਰਤੀ ਦੇ ਲਈ ਇੱਕ ਵਿਗਿਆਪਨ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਦਸਤਾਵੇਜ਼ ਚੈੱਕ ਕਰਨ ਦੇ ਲਈ ਸਕਰੂਟਨੀਆਂ ਦੀ ਮਿਤੀ ਦਿੱਤੀ ਗਈ ਸੀ। ਮਾਨਯੋਗ ਹਾਈ ਕੋਰਟ ਵੱਲੋਂ ਸਿਵਲ ਰਿਟ ਇਹ ਰਿਟ ਦਾ ਨਾਮ ਦੱਸਿਆ ਹੋਇਆ ਕਿ ਜਿਹੜੀ ਦਲਜੀਤ ਕੌਰ ਅਤੇ ਹੋਰਾਂ ਵੱਲੋਂ ਕੇਸ ਵਿੱਚ ਕੀਤੀ ਗਈ ਸੀ ਉਸ ਇਤਿਹਾਸ ਨੂੰ ਕੁਐਸ਼ 'ਤੇ ਸੈੱਟ ਅਸਾਈਡ ਕਰ ਦਿੱਤਾ ਗਿਆ, ਮਤਲਬ ਜਿਹੜੀ ਭਰਤੀ ਉਹ ਬਹਾਲ ਕਰ ਦਿੱਤੀ ਹੋਈ ਹੈ। ਇਸ ਕੋਰਟ ਦੇ ਕੇਸ 'ਤੇ ਚੱਲਦੇ ਕਈ ਉਮੀਦਵਾਰਾਂ ਵੱਲੋਂ ਜਾਂ ਤਾਂ ਸਰਟੀਫਿਕੇਟ ਜਮ੍ਹਾਂ ਨਹੀਂ ਕਰਵਾਏ ਗਏ ਜਾਂ ਫਿਰ ਜਮ੍ਹਾਂ ਕਰਵਾਏ ਗਏ ਡਾਕੂਮੈਂਟ ਵਾਪਸ ਲੈ ਗਏ ਲਏ ਸਨ। ਮਤਲਬ ਜਿਨ੍ਹਾਂ ਦੀ ਉਦੋਂ ਸਕਰੂਟਨੀ ਹੋ ਗਈ ਸੀਗੀ ਉਹਨਾਂ ਨੂੰ ਲੱਗਿਆ ਹੋਊਗਾ ਕਿ ਭਰਤੀ 'ਤੇ ਸਟੇਅ ਲੱਗ ਗਈ, ਉਹਨਾਂ ਨੂੰ ਆਪਣੇ ਡਾਕੂਮੈਂਟਸ ਦੁਬਾਰਾ ਕਿਸੇ ਹੋਰ ਉਹਦੇ ਲਈ ਚਾਹੀਦੇ ਹੋਣਗੇ ਤਾਂ ਉਹਨਾਂ ਨੇ ਵਾਪਸ ਲੈ ਲਏ ਜਾਂ ਕੁਛ ਕੁ ਨਹੀਂ ਕਰਵਾ ਸਕੇ। ਹੁਣ ਕਿਉਂ ਜੋ ਮਾਨਯੋਗ ਹਾਈ ਕੋਰਟ ਜੀ ਵੱਲੋਂ ਇਸ਼ਤਿਹਾਰ ਅਨੁਸਾਰ ਕਾਰਵਾਈ ਪੂਰੀ ਕਰਨ ਦੇ ਆਦੇਸ਼ ਦਿੱਤੇ ਗਏ ਹਨ, ਇਸ ਲਈ ਅਜਿਹੇ ਉਮੀਦਵਾਰਾਂ ਨੂੰ ਆਪਣੇ ਦਸਤਾਵੇਜ਼ ਜਮ੍ਹਾਂ ਕਰਾਉਣ ਦਾ ਇੱਕ ਹੋਰ ਮੌਕਾ ਦਿੱਤਾ ਜਾ ਰਿਹਾ। ਪਹਿਲਾਂ ਹੋਈਆਂ ਸਕਰੂਟਨੀਆਂ ਸਮੇਂ ਹਾਜ਼ਰ ਹੋਏ ਸਨ ਉਹ ਕਿਸੇ ਕਾਰਨਾਂ ਕਰਕੇ ਆਪਣੇ ਦਸਤਾਵੇਜ਼ ਜਮ੍ਹਾਂ ਨਹੀਂ ਕਰਵਾ ਸਕੇ ਤਾਂ ਜਮ੍ਹਾਂ ਕਰਵਾਏ ਦਸਤਾਵੇਜ਼ ਵਾਪਸ ਲੈ ਗਏ ਹਨ। ਅਜਿਹੇ ਉਮੀਦਵਾਰਾਂ ਨੂੰ ਹਦਾਇਤ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਦਸਤਾਵੇਜ਼ ਸਕਰੂਟਨੀ ਕਮੇਟੀ ਦੇ ਪਾਸ ਕਿਸੇ ਵੀ ਕੰਮ ਵਾਲੇ ਦਿਨ ਨਿੱਜੀ ਤੌਰ 'ਤੇ ਹਾਜ਼ਰ ਹੋ ਕੇ 2 ਫਰਵਰੀ ਤੱਕ ਮਤਲਬ ਸ਼ਾਮ ਦੇ 5 ਵਜੇ ਤੱਕ ਤੁਸੀਂ ਸਰਕਾਰੀ ਮਿਡਲ ਹਾਈ ਸਕੂਲ ਦੇ ਨੇੜੇ ਜਿਹੜਾ ਫੇਸ 3 ਵੀ ਦੇ ਵਿੱਚ ਮੋਹਾਲੀ 'ਚ ਉੱਥੇ ਜਾ ਕੇ ਜਮ੍ਹਾਂ ਕਰਵਾ ਸਕਦੇ ਹੋ। ਉਮੀਦਵਾਰ ਆਪਣੇ ਅਸਲ ਦਸਤਾਵੇਜ਼ ਹੀ ਨਾਲ ਲੈ ਕੇ ਆਉਣਗੇ। ਕਿਸੇ ਵੀ ਉਮੀਦਵਾਰ ਦੇ ਦਸਤਾਵੇਜ਼ ਈਮੇਲ ਜਾਂ ਸਧਾਰਨ ਡਾਕ ਜਾਂ ਰਜਿਸਟਰ ਡਾਕ ਜਾਂ ਕਿਸੇ ਹੋਰ ਵੀ ਸਾਧਨ ਰਾਹੀਂ ਪ੍ਰਵਾਨ ਨਹੀਂ ਕੀਤੇ ਜਾਣਗੇ। ਮਤਲਬ ਤੁਹਾਨੂੰ ਖੁਦ ਹੀ ਉੱਥੇ ਜਾਣਾ ਪਊਗਾ ਅਤੇ ਖੁਦ ਹੀ ਜਾਣਾ ਚਾਹੀਦਾ ਕਿਉਂਕਿ ਇੱਕ ਬਹੁਤ ਵੱਡਾ ਮੌਕਾ ਜਿਹੜਾ ਹਾਈ ਕੋਰਟ ਵੱਲੋਂ ਦਿੱਤਾ ਗਿਆ ਇਹਨਾਂ ਪਟੀਸ਼ਨਰਾਂ ਨੂੰ ਬੱਚਿਆਂ ਨੂੰ, ਤਾਂ ਜਿਨ੍ਹਾਂ ਦੇ ਵੀ ਸਰਟੀਫਿਕੇਟਸ ਰਹਿੰਦੇ ਨੇਗੇ ਉਹ ਜਾ ਕੇ ਜਲਦ ਤੋਂ ਜਲਦ ਆਪਣੇ ਉੱਥੇ ਦਸਤਾਵੇਜ਼ 2 ਤਰੀਕ ਤੋਂ ਪਹਿਲਾਂ ਉੱਥੇ ਜਾ ਕੇ ਜਮ੍ਹਾਂ ਕਰਵਾ ਦਿਉ। ਅਤੇ ਇੱਕ ਬਹੁਤ ਵੱਡੀ ਖੁਸ਼ਖਬਰੀ ਦੀ ਗੱਲ ਹੈ ਕਿ ਜਿਹੜੀ ਆਪਣੀ ਭਰਤੀ ਆ ਉਹ ਹੁਣ ਮਤਲਬ ਪੂਰੀ ਹੋਣ ਜਾ ਰਹੀ ਹੈ। ਜਿਵੇਂ ਆਪਾਂ ਕੱਲ੍ਹ ਇੱਕ ਵੀਡੀਓ ਪਾਈ ਸੀ ਕਿ ਹਾਲੇ ਤੱਕ ਡਿਪਾਰਟਮੈਂਟ ਵੱਲੋਂ ਕੋਈ ਆਸ਼ਾਜਨਕ ਸੂਚਨਾ ਨਹੀਂ ਆਈ ਹੈ, ਤਾਂ ਇੱਕ ਬਹੁਤ ਹੀ ਪੋਜ਼ਿਟਿਵ ਨਿਊਜ਼ ਹੈ, ਮਤਲਬ ਡਿਪਾਰਟਮੈਂਟ ਉਸ ਚੀਜ਼ 'ਤੇ ਕੰਮ ਕਰ ਰਿਹਾ ਅਤੇ ਬਹੁਤ ਹੀ ਜਲਦ ਆਪਾਂ ਨੂੰ ਇਹਨਾਂ ਤੋਂ ਬਾਅਦ 2 ਤਰੀਕ ਤੋਂ ਬਾਅਦ ਲਿਸਟਾਂ ਵੀ ਦੇਖਣ ਨੂੰ ਮਿਲਣਗੀਆਂ। ਬਾਕੀ ਜੇਕਰ ਕੋਈ ਹੋਰ ਅਪਡੇਟ ਮਿਲਦੀ ਹੈ ਤਾਂ ਅਸੀਂ ਤੁਹਾਨੂੰ ਜ਼ਰੂਰ ਇਨਫੋਰਮ ਕਰਾਂਗੇ। ਜੁੜੇ ਰਹੋ ਚੈਨਲ ਦੇ ਨਾਲ।